तीन तीन चार चार बारी भी मुड़िया मैं शूटिंग तो ये वो अंदर हड़ुब्बे रेंदे ए सी ला के अपना अंदर मस्तियाँ मारते रहेंगे है ना जो उत्थे मैं भला साहब नाल टाकरे हुए थे बेचारे पढ़े लिखे नहीं सी मेरे माँ बाप गाटो फुलां ते रंग समुद्रों पार दे जग्गी 420 जलवे जग्गी दे जो मैं धनौले थाने जाता सी ना एक मुंडा दे एक कुड़ी उन्हें भी बच गए सी हो तेरी मूंगी मसरी ने टबर दी सेत डॉन जी करती सत श्री अकाल दोस्तों मैं थोड़ा अपना सतवीर सत्ती ते तुसी वेख रहे हो चैनल सतरंग दा प्रोग्राम सतरंग सैलिब्रिटी जिवें कि तुसी सारे जाणदे हो सी सतरंग सैलिब्रिटी दे विच तुहानूं नवीं नवीं सैलिब्रिटीज दे रूबरू करवाउंदे आ ते अज मेरे नाल स्टूडियो दे विच इक बहुत ही मल्टी टैलेंटेड सैलिब्रिटी मौजूद है जिन्हां दी कि लिखणी भी बहुत घंट है एक्टिंग नूं तां सिरा सारे प्यार करदे ने ते उहनां दी गायकी भी हुण लास्ट पिछे जो उहनां दा इक गाना आया उह सारयां ने बहुत ज़्यादा प्यार दित्ता उस गाने नूं सो मैं स्वागत करदा जी ज़्यादा गल्लां ना करदे होए रविंदर मंड भाजी दा ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਸਭ ਠੀਕ ਹੈ ਬਸ ਵਧੀਆ ਜੀ ਵਧੀਆ ਬੱਲੇ ਬੱਲੇ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਜ਼ਿੰਦਗੀ ਬਸ ਤੁਹਾਡੇ ਚੈਨਲ ਸਤਰੰਗ ਮੈਂ ਪਿਆਰ ਦੇ ਸਤਰੰਗ ਬਖੇਰ ਰਹੀ ਹੈ ਚਾਰ ਚੁਫੇਰੇ ਮੈਂ ਪਹਿਲਾਂ ਕਹਿਣਾ ਚਾਹਾਂਗਾ ਆਪਣੇ ਸਰੋਤਿਆਂ ਨੂੰ ਖੈਰ ਹੋਵੇ ਸੱਜਣਾ ਪਿਆਰਿਆਂ ਦੀ ਖੈਰ ਹੋਵੇ ਆਪਣੇ ਬਗਾਨਿਆਂ ਦੀ ਸਾਰਿਆਂ ਦੀ ਖੈਰ ਹੋਵੇ ਪਿਆਰ ਦੇ ਖੂਬਸੂਰਤ ਰੰਗ ਬਖੇਰਦਾ ਚੈਨਲ ਸਤਰੰਗ ਜਿਹਦੇ 'ਤੇ ਅੱਜ ਸਤਵੀਰ ਸੱਤੀ ਜੀ ਉਹਨਾਂ ਕੋਲ ਇੰਟਰਵਿਊ ਕਰਨ ਵਾਸਤੇ ਮੈਂ ਆਇਆ ਸਾਰੇ ਪੰਜਾਬੀ ਸਰੋਤੇ ਜਿੰਨੇ ਵੀ ਇਸ ਚੈਨਲ ਨੂੰ ਦੇਖਦੇ ਨੇ ਪਿਆਰ ਕਰਦੇ ਨੇ ਸਾਰਿਆਂ ਦਾ ਰਵਿੰਦਰ ਮੰਡ ਦੇ ਵੱਲੋਂ ਸਵਾਗਤ ਹੈ ਅਤੇ ਧੰਨਵਾਦ ਹੈ ਅਤੇ ਖਾਸ ਕਰਕੇ ਮੇਰੇ ਵੀਰ ਸਤਵੀਰ ਸੱਤੀ ਦਾ ਜਿਨ੍ਹਾਂ ਨੇ ਮੈਨੂੰ ਚੈਨਲ ਦੇ ਥਰੂ ਮੌਕਾ ਦਿੱਤਾ ਅਤੇ ਤੁਸੀਂ ਫਿਲਮਾਂ ਦੇ ਵਿੱਚ ਅਤੇ ਪਿਆਰ ਬਖਸ਼ ਕੇ ਮੌਕੇ ਦੇ ਹੀ ਰਹੇ ਹੋ ਥੈਂਕ ਯੂ ਜੀ ਭਾਈ ਮੌਕਾ ਤੁਸੀਂ ਅੱਜ ਸਾਨੂੰ ਦਿੱਤਾ ਕਾਫੀ ਵਾਰ ਬੁਲਾਇਆ ਅਤੇ ਅੱਜ ਕਾਫੀ ਵਾਰ ਬੁਲਾਉਣ ਤੋਂ ਬਾਅਦ ਤੁਸੀਂ ਅੱਜ ਸਟੂਡੀਓ ਆਏ ਸੋਚੋ ਮਾਹੌਲ ਜਿਹਾ ਅੱਜ ਬਣਿਆ ਕਹਿਣ ਤੋਂ ਬਾਅਦ ਬੀਜ਼ੀ ਸ਼ਡਿਊਲ ਚੱਲ ਰਿਹਾ ਸੀ ਹਾਂਜੀ ਚਲੋ ਬਹੁਤ ਵਧੀਆ ਜੀ ਬਿਜ਼ੀ ਰਹਿਣਾ ਚਾਹੀਦਾ ਬੰਦੇ ਨੂੰ ਅਤੇ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤਾਂ ਛੜਾ ਫਿਲਮ ਵਾਸਤੇ ਹਾਂਜੀ ਸਾਰੇ ਪਾਸੇ ਪੂਰੀ ਛਾਈ ਹੋਈ ਆ ਉਹ ਗ੍ਰੈਂਡ ਓਪਨਿੰਗ ਹੋਈ ਫਿਲਮ ਦੀ ਉਹਦੇ ਵਾਸਤੇ ਸਾਰਿਆਂ ਨੇ ਕਰੈਕਟਰ ਬਹੁਤ ਪਿਆਰ ਦਿੱਤਾ ਹਾਂਜੀ ਹਾਂਜੀ ਵੈਸੇ ਤਾਂ ਇਹ ਮਾਨ ਸਾਹਿਬ ਨੇ ਬਹੁਤ ਸਾਲ ਪਹਿਲਾਂ ਕਹਿ ਦਿੱਤਾ ਸੀ ਛੜਾ ਫਿਲਮ ਹਿੱਟ ਹੋਣੀ ਸੀ ਕਿਉਂਕਿ ਛੜੇ ਛੜੇ ਨਾ ਸਮਝੋ ਲੋਕੋ ਛੜੇ ਬੜੇ ਗੁਣਕਾਰੀ ਨਾ ਛੜਿਆਂ ਦੇ ਫੋੜਾ ਫਿਣਸੀ ਨਾ ਕੋਈ ਲੱਗੇ ਬਿਮਾਰੀ ਦੇਸੀ ਘਿਓ ਦੇ ਪੱਕਣ ਪਰੌਂਠੇ ਮੁਰਗੇ ਦੀ ਤਰਕਾਰੀ ਹੁਣ ਛੜਿਆਂ ਨੇ ਗੈਸ ਲਵਾ ਲਈ ਫੁਕਣੋਂ ਹਟ ਗਈ ਦਾੜੀ ਪਹਿਲਾਂ ਪ੍ਰਾਈਵੇਟ ਛੜੇ ਸੀ ਹੁਣ ਹੋ ਗਏ ਸਰਕਾਰੀ ਹੁਣ ਛੜਿਆਂ ਨੂੰ ਮੌਜਾਂ ਹੀ ਮੌਜਾਂ ਕਹਿ ਗਏ ਅਟਲ ਬਿਹਾਰੀ ਸਾਡੇ ਛੜਿਆਂ ਦੀ ਦੁਨੀਆ 'ਤੇ ਸਰਦਾਰੀ ਸੋ ਛੜਾ ਫਿਲਮ ਨੇ ਵੀ ਸਾਰੇ ਪਾਸੇ ਸਰਦਾਰੀ ਕਾਇਮ ਕੀਤੀ ਹੈ ਥੈਂਕ ਯੂ ਹਾਂਜੀ ਜੀ ਕੀ ਬਾਤ ਹੈ ਬਹੁਤ ਵਧੀਆ ਤੁਸੀਂ ਤਾਂ ਸਾਰੀ ਮਤਲਬ ਕਿ ਮੇਰੇ ਪੁੱਛਣ ਤੋਂ ਪਹਿਲੇ ਸਭ ਕੁਝ ਦੱਸ ਦਿੱਤਾ ਆਡੀਅੰਸ ਨੂੰ ਪਹਿਲਾਂ ਹੀ ਅਗਲੇ ਨੂੰ ਸੋਚਣ ਵਾਸਤੇ ਟਾਈਮ ਹੀ ਨਹੀਂ ਦਿੱਤਾ ਕਿ ਅਗਲੀ ਗੱਲ ਕੀ ਹੋਵੇ ਹਾਂਜੀ ਹਾਂਜੀ ਜੀ ਚਲੋ ਬਹੁਤ ਵਧੀਆ ਭਾਅ ਜੀ ਅਤੇ ਆਪਾਂ ਹੁਣ ਤੁਹਾਡੇ ਸ਼ੁਰੂਆਤ ਦੌਰ ਤੋਂ ਗੱਲ ਕਰਦੇ ਹਾਂ ਆਪਾਂ ਨੇ ਅਤੇ ਵੈਸੇ ਰਵਿੰਦਰ ਮੰਡ ਦੀ ਸ਼ੁਰੂਆਤ ਜਿਹੜੀ ਕਿਵੇਂ ਹੋਈ ਅਤੇ ਕਿੱਥੇ ਤੋਂ ਬਿਲੋਂਗ ਕਰਦੇ ਨੇ ਸ਼ੁਰੂਆਤ ਤਾਂ ਜੀ ਮੇਰੀ ਕਹਿੰਦੇ ਹੁੰਦੇ ਆ ਪੈਰਾਂ ਤੋਂ ਹੋਈ ਵੈਸੇ ਪਰ ਮੇਰੀ ਪਿੰਡ ਤੋਂ ਹੋਈ ਹੈ ਆਰਟਿਸਟ ਬੰਦੇ ਦੀ ਖਾਸੀਅਤ ਹੁੰਦੀ ਹੈ ਕਿ ਉਹ ਬੰਦਾ ਕਿਤੇ ਚੁੱਪ ਨਹੀਂ ਰਹਿੰਦਾ ਤੇ ਹਰ ਗੱਲ ਦੇ ਵਿੱਚ ਰੂਮਰ ਕੱਢਦਾ ਕਿਉਂਕਿ ਹਰੇਕ ਚੀਜ਼ ਦੀ ਸ਼ੁਰੂਆਤ ਫਿਰ ਜਾਂ ਤਾਂ ਸਿਰ ਤੋਂ ਹੁੰਦੀ ਹੈ ਜਾਂ ਫਿਰ ਪੈਰਾਂ ਤੋਂ ਪਰ ਤੁਸੀਂ ਪੁੱਛਿਆ ਮੇਰੀ ਜ਼ਿੰਦਗੀ ਦਾ ਸਫ਼ਰ ਸਫ਼ਰ ਮੇਰਾ ਸ਼ੁਰੂ ਹੋਇਆ ਜੀ ਪਿੰਡ ਤੋਂ ਸਕੂਲ ਤੋਂ ਹੈ ਨਾ ਪਿੰਡ ਦੇ ਸਕੂਲ ਤੋਂ ਅਤੇ ਨਾਲ ਸਾਡੇ ਪਿੰਡ ਪਰਖਾਲੀ ਦੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਹੈ ਜਿੱਥੋਂ ਮੈਂ ਪਲੱਸ ਟੂ ਕੀਤੀ ਹੈ ਉਸ ਵੇਲੇ ਵੀ ਮੈਂ ਕਵਿਤਾਵਾਂ ਵਗੈਰਾ ਗੀਤ ਲਿਖਦਾ ਹੁੰਦਾ ਸੀ ਅਤੇ ਮੇਰੇ ਪਿੰਡ ਦੇ ਇੱਕ ਸਿੰਗਰ ਸੀ ਬੜੇ ਵਧੀਆ ਹੁਣ ਵੀ ਹੈਗੇ ਨੇ ਗਾਉਂਦੇ ਨੇ ਬੜਾ ਵਧੀਆ ਮੇਰੇ ਸੀਨੀਅਰ ਮਲਕੀਤ ਹਿਰਦਾਪੁਰੀ ਬਹੁਤ ਵਧੀਆ ਗਾਉਂਦਾ ਮੇਰਾ ਵੀਰ ਉਹਨਾਂ ਨੇ ਥੋੜ੍ਹੇ ਬਹੁਤੇ ਮੇਰੇ ਗੀਤ ਗਾਉਣੇ ਸਟੇਜ 'ਤੇ ਉਦੋਂ ਮੈਂ ਹੈ ਨਹੀਂ ਸੀ ਇਸ ਲਾਈਨ ਦੇ ਵਿੱਚ ਮੈਨੂੰ ਪਤਾ ਨਹੀਂ ਸੀ ਅਤੇ ਨਾ ਕੌਨਫੀਡੈਂਸ ਸੀ ਹੈ ਨਾ ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਮੈਂ ਮੇਰੇ ਪਿੰਡ ਤੋਂ ਹੀ ਯੂਨੀਵਰਸਿਟੀ 'ਚ ਐਗਰੀਕਲਚਰ ਯੂਨੀਵਰਸਿਟੀ 'ਚ ਪੜ੍ਹਦਾ ਸੀ ਮੁੰਡਾ ਕਮਲਜੀਤ ਸਿੰਘ ਅਤੇ ਉਹਨਾਂ ਕੋਲ ਮੈਂ ਜਾਂਦਾ ਹੁੰਦਾ ਸੀ ਉੱਥੇ ਮੈਨੂੰ ਭੱਲਾ ਸਾਹਿਬ ਨਾਲ ਟਾਕਰੇ ਹੋਏ ਅਤੇ ਉਹਨਾਂ ਨੇ ਕਿਰਪਾ ਕੀਤੀ ਅਤੇ ਮੇਰਾ ਗਾਣਾ ਰਿਕਾਰਡ ਕਰਵਾਇਆ ਇਹਨਾਂ ਨੇ ਹਿੰਦੀ ਵਾਲੀ ਮੈਡਮ ਦੀ ਮਾਸਟਰ ਪੂਜਾ ਕਰਦੇ ਉਸ ਤੋਂ ਬਾਅਦ ਮੈਨੂੰ ਹੌਸਲਾ ਮਿਲਿਆ ਅਤੇ ਭੱਲਾ ਸਾਹਿਬ ਨੇ ਕਿਹਾ ਕਿ ਤੂੰ ਸਾਨੂੰ ਉੱਥੇ ਆ ਕੇ ਮਿਲਿਆ ਕਰ ਆਪਣਾ ਚੰਡੀਗੜ੍ਹ ਸੋਸੰਗਮ ਸਟੂਡੀਓ ਵੀ ਇੰਨੀ ਦੂਰ ਆਉਣ ਦੀ ਜ਼ਰੂਰਤ ਨਹੀਂ ਹੈ ਨਾ ਉਸ ਤੋਂ ਬਾਅਦ ਕੀ ਵਾਕਾ ਹੋ ਗਿਆ ਪੁਲਿਸ ਝੜ ਆਈ ਹੈ ਅਤੇ ਤੇਰੀ ਮੂੰਗੀ ਮਸਰੀ ਨੇ ਟੱਬਰ ਦੀ ਸਿਹਤ ਡਾਉਣ ਹਾਂਜੀ ਉਹ ਉਹਨਾਂ ਦਾ ਆਸ਼ੀਰਵਾਦ ਅਤੇ ਉਹ ਤੋਂ ਬਾਅਦ ਆਪਣਾ ਕੰਮ ਜਿਹਾ ਚੱਲ ਪਿਆ ਜੀ ਚੰਡੀਗੜ੍ਹ ਆਉਂਦੇ ਰਹੇ ਇੱਥੇ ਜਗਤਾਰ ਜੱਗੀ ਭਾਅ ਜੀ ਅਤੇ ਕਰਮਜੀਤ ਅਨਮੋਲ ਜੀ ਹਾਂਜੀ ਉਹਨਾਂ ਨਾਲ ਮੁਲਾਕਾਤ ਹੋਈ ਉਹਨਾਂ ਦੇ ਥਰੂ ਜਰਨੈਲ ਘੁਮਾਣ ਜੀ ਉਹਨਾਂ ਨੂੰ ਮਿਲਿਆ ਅਤੇ ਤੁਹਾਡੇ ਫਾਦਰ ਸਾਹਿਬ ਜਸਵਿੰਦਰ ਜੱਸੀ ਜੀ ਉਹ ਉਸੇ ਟੀਮ 'ਚ ਸੀਗੇ ਇਹਨਾਂ ਦਾ ਵੀ ਆਸ਼ੀਰਵਾਦ ਨਾਲ ਸੀ ਹੈ ਨਾ ਸੋ ਸਾਰਿਆਂ ਨੇ ਰਲ ਮਿਲ ਕੇ ਜੀ ਰੁਪਈਆ ਰੁਪਈਆ ਪਾਇਆ ਅਤੇ ਰਜਿਸਟਰੀ ਮੇਰੇ ਨਾਂ ਹੋ ਗਈ ਜਿਵੇਂ ਕਹਿੰਦੇ ਸੋ ਉਵੇਂ ਫਿਰ ਮੇਰਾ ਚੱਲ ਪਿਆ ਕੰਮ ਜੀ ਇੱਥੇ ਫਿਰ ਮੈਂ ਨਾਲ ਸਟੇਟ ਸੈਕਟਰੀ ਜਾਂਦਾ ਰਿਹਾ ਕਰਮਜੀਤ ਅਨਮੋਲ ਉਹਨਾਂ ਦੇ ਨਾਲ ਅਤੇ ਬਾਈ ਬੱਬੂ ਮਾਨ ਦੇ ਨਾਲ ਹਰਭਜਨ ਮਾਨ ਦੇ ਨਾਲ ਕਾਫੀ ਸਾਲ ਸਟੇਟ ਸੈਕਟਰੀ ਰਿਹਾ ਅਤੇ ਗੁਰਸੇਵਕ ਮਾਨ ਬਾਈ ਜੀ ਦੇ ਨਾਲ ਉਹਨਾਂ ਦੇ ਨਾਲ ਵੀ ਕਾਫੀ ਟਾਈਮ ਲਾਇਆ ਉਸ ਤੋਂ ਬਾਅਦ ਫਿਰ ਆਹ ਟੀ ਵੀ ਸੀਰੀਅਲ ਵਗੈਰਾ ਦਾ ਦੌਰ ਸ਼ੁਰੂ ਹੋਇਆ ਉਹ ਰਾਈਟਿੰਗ ਦਾ ਮੇਰਾ ਹੱਥ ਠੀਕ ਸੀ ਰਾਈਟਿੰਗ ਦੇ ਵਿੱਚ ਕੌਮੇਡੀ ਪੰਚ ਵਗੈਰਾ ਬਣਾਉਣ 'ਚ
ਪਹਿਲਾਂ ਕੈਸਟਾਂ ਦੇ ਵਿੱਚ ਭਜਨਾਮਲੀ ਸੱਪਾਂ ਵਾਲਾ ਅਤੇ ਹੋਰ ਬਹੁਤੀਆਂ ਦੋ ਬੁਰੀਆਂ ਕਾਫੀ ਕੈਸਟਾਂ ਵੀ ਲਿਖੀਆਂ। ਕੋਮੇਡੀ ਦੇ ਵਿੱਚ ਵੈਸੇ ਜੇ ਮੈਂ ਗੱਲ ਕਰਾਂ, ਸੋਰੀ ਵਿੱਚ ਗੱਲ ਕੱਟ ਰਹੇ, ਜਿਵੇਂ ਕੋਮੇਡੀ ਦੇ ਵਿੱਚ ਜਿਵੇਂ ਹੁਣ ਕਰਮਜੀਤ ਅਨਮੋਲ ਭਾਅ ਜੀ, ਉਹਨਾਂ ਜਸਵਿੰਦਰ ਭੱਲਾ ਜੀ, ਉਹਨਾਂ ਦਾ ਹੈ ਨਾ, ਸਾਰਿਆਂ ਤੁਸੀਂ ਲੈਜੈਂਡਰੀ ਆਰਟਿਸਟ ਜਿਹੜੇ ਕੋਮੇਡੀਅਨ ਹੈਗੇ ਆਪਣੇ ਪੰਜਾਬੀ ਇੰਡਸਟਰੀ ਦੇ, ਉਹਨਾਂ ਦਾ ਨਾਂ ਲਿਆ ਹੈ ਨਾ। ਬਿਲਕੁਲ ਜੀ। ਅਤੇ ਉਹਨਾਂ ਨਾਲ ਮਿਲ ਕੇ ਹੋਇਆ ਮਤਲਬ ਕਿ ਇਹ ਕੋਮੇਡੀ ਵਾਲਾ ਕੰਮ, ਜਾਂ ਪਹਿਲਾਂ ਵੀ ਮਤਲਬ ਕਿ ਕੋਮੇਡੀ ਦੇ ਵੱਲ? ਪਹਿਲਾਂ ਥੋੜ੍ਹਾ ਜਿਹਾ ਮੇਰਾ ਸੀਰੀਅਸ ਸੀਗਾ ਕੰਮ। ਮੈਂ ਪਹਿਲਾਂ ਸੀਗਾ ਫੈਨ ਕਮਲਜੀਤ ਨੀਲੋਂ ਜੀ ਦਾ, ਸੌਂਜਾ ਬੱਬੂ ਅਮਾ ਨੂੰ ਬਿੱਲੀ ਆਈ। ਅੱਛਾ ਜੀ। ਉਹ ਫੀਲਡ ਵੈਸੇ ਵੀ ਖਾਲੀ ਵੀ ਸੀ ਅਤੇ ਇੱਕ ਉੱਧਰ ਨੂੰ ਮੇਰਾ ਹੈਗਾ ਵੀ ਸੀ ਝੁਕਾ ਸੀ ਥੋੜ੍ਹਾ ਜਿਹਾ, ਅਤੇ ਮੈਂ ਉਸ ਪਾਸੇ ਜਾਣਾ ਚਾਹੁੰਦਾ ਸੀ, ਹੈ ਨਾ। ਉਹ ਬੱਚਿਆਂ ਦੇ ਗਾਣੇ ਵਗੈਰਾ ਕਰਨੇ, ਅਤੇ ਮੈਂ ਕੈਸਟ ਵੀ ਕਰੀ ਸੀ ਇੱਕ ਵਾਸਤੇ ਦਾ ਵਜਨ, ਉਹਦੇ 'ਚ ਬੱਚਿਆਂ ਦੇ ਗਾਣੇ ਸੀਗੇ, ਅਤੇ ਉਹ ਠੀਕ ਠੀਕ ਚੱਲੀ ਹੈ। ਜਿੰਨੇ ਕੁ ਯੋਗਾ ਮੈਂ ਹੈ ਸੀ, ਮੇਰੀ ਔਕਾਤ ਸੀ, ਮੈਂ ਪਰੋਸ ਸਕਿਆ ਜਿਹੜੇ ਢੰਗ ਦੇ ਨਾਲ, ਉਵੇਂ ਜੇ ਚੱਲੀ ਹੈ। ਬਟ ਉੱਧਰ, ਹਾਂ, ਉੱਧਰ ਪਰ ਕਮਾਈ ਦਾ ਸਾਧਨ ਕੋਈ ਨਹੀਂ ਸੀ, ਇਸ ਕਰਕੇ ਮੈਂ ਇੱਧਰਲੇ ਪਾਸੇ ਆ ਗਿਆ। ਟੀ ਵੀ ਸੀਰੀਅਲ ਵਗੈਰਾ ਜੱਗੀ ਭਾਅ ਜੀ ਕਰਦੇ ਹੁੰਦੇ ਸੀ, ਕਾਟੋ ਫੁੱਲਾਂ 'ਤੇ, ਤਵਾ .com, ਮੇਰਾ ਖਿਆਲ ਹੈ ਜਿਹੜੇ 90s born ਹੈਗੇ ਆ ਬੰਦੇ, ਉਹਨਾਂ ਨੇ ਸਾਰੇ ਤਕਰੀਬਨ ਦੇਖੇ ਹੋਏ ਆ। ਬਿਲਕੁਲ ਬਿਲਕੁਲ, ਹਾਂਜੀ। ਅਤੇ ਚੈਨਲਸ ਦੇ ਨਾਲ ਫਿਰ ਮੇਰੀ ਗੱਲਬਾਤ ਠੀਕ ਹੋ ਗਈ ਜੀ, ਚੈਨਲਾਂ 'ਤੇ ਮੈਨੂੰ ਕੰਮ ਮਿਲਣ ਲੱਗ ਗਿਆ। PTC ਅਵਾਰਡ ਵੀ ਮੈਂ ਕਾਫੀ ਲਿਖਿਆ, ਬੀਨੂ ਢਿੱਲੋਂ ਬਾਈ ਉਹਨਾਂ ਹਾਂਜੀ, ਹੈ ਨਾ। ਅਤੇ ਇਸ ਤਰ੍ਹਾਂ ਮੇਰਾ ਲਿਖਣੀ ਦਾ ਹੌਲੀ ਹੌਲੀ ਕੰਮ, ਅਤੇ ਮੇਰੇ ਖਰਚੇ ਜੇ ਚੱਲ ਪਏ। ਉਸ ਤੋਂ ਬਾਅਦ ਕਈ ਵਾਰੀ ਕੋਈ ਕਲਾਕਾਰ ਨਹੀਂ ਆਉਂਦਾ ਸੀ, ਵੱਡੇ ਸੀਰੀਅਲ ਜਿਹੜੇ ਮੈਂ ਕਰਦਾ ਹੁੰਦਾ ਸੀ ਉਹਨਾਂ ਦੇ ਵਿੱਚ ਕਿਰਦਾਰ ਕਰਨ ਵਾਲਾ ਕੋਈ ਮਿਸ ਕਰ ਜਾਂਦਾ ਸੀ, ਅਤੇ ਉੱਥੇ ਫਿਰ ਮੈਨੂੰ ਮੌਕਾ ਮਿਲ ਜਾਂਦਾ ਸੀ ਵੀ ਚਲੋ ਇਹਦੇ ਕੱਪੜੇ ਪਵਾਓ, ਇਹ ਕਰ। ਅਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਕੌਨਫੀਡੈਂਸ ਬਣ ਗਿਆ ਇਸ ਪਾਸੇ ਨੂੰ। ਸਟੇਜਾਂ ਦਾ ਤਜਰਬਾ ਪਹਿਲਾਂ ਹੀ ਹੈ ਸੀ, ਕਿਉਂਕਿ ਸਟੇਜ ਸੈਕਟਰੀ ਕਰਦਾ ਰਿਹਾ, ਅਤੇ ਬਾਕੀ ਫਿਰ ਟਾਈਮਿੰਗ ਸਹੀ ਸੀ। ਫਿਰ ਸਿੰਗਿੰਗ ਵਾਲਾ ਕੰਮ, ਸਿੰਗਿੰਗ ਵਾਲਾ ਤਾਂ ਮੈਂ ਬਾਈ ਜੀ ਉਹਨਾਂ ਦੇ ਨਾਲ ਕੋਰਸ ਬੋਲਦਾ ਬੋਲਦਾ ਹੀ ਥੋੜ੍ਹਾ ਜਿਹਾ ਸੁਰਚ ਹੋ ਗਿਆ, ਕਰਮਜੀਤ ਅਨਮੋਲ ਅਤੇ ਹਰਭਜਨ ਮਾਨ ਬਾਈ ਨਾਲ ਮੈਂ ਕੋਰਸ ਵੀ ਕਰਦਾ ਰਿਹਾ, ਅਤੇ ਕਰਦਾ ਤਾਂ ਚਲੋ ਖਰਚੇ ਵਾਸਤੇ ਸੀ ਵੀ ਮੇਰੇ ਘਰ ਦਾ ਖਰਚਾ ਚੱਲੂਗਾ, ਹੈ ਨਾ ਜੀ। ਬਟ ਉਹ ਫਿਰ ਮੈਂ ਸੁਰਤਾਲ 'ਚ ਵੀ ਹੋ ਗਿਆ, ਮੈਨੂੰ ਫਾਇਦੇ ਦੋ ਹੋ ਗਏ ਜੀ। ਕਿਆ ਬਾਤ ਹੈ, ਕਿਆ ਬਾਤ ਹੈ। ਅਤੇ ਤੁਸੀਂ ਹੁਣ ਗੱਲ ਕੀਤੀ ਸੀਗੀ ਮੂੰਗੀ ਮਸਰੀ ਵਾਲੇ ਗਾਣੇ ਦੀ, ਅਤੇ ਉਹਦੀਆਂ ਦੋ ਲਾਈਨਾਂ ਜ਼ਰੂਰ ਹੋ ਜਾਣ। ਹਾਂਜੀ ਬਿਲਕੁਲ। ਉਹ ਗਾਣਾ ਕਾਫੀ ਟਾਈਮ ਪਹਿਲਾਂ ਛਣਕਾਟੇ ਦੇ ਵਿੱਚ ਆਇਆ ਸੀ, ਭੱਲਾ ਸਾਹਿਬ ਉਹਨਾਂ ਨੇ ਕਰਿਆ ਸੀ ਨਾ। ਉਹ ਸੀ ਉਹ ਪਿੱਤਲ ਪਤੀਲੇ ਖੂੰਜੇ ਲਾ ਚੁੱਲ੍ਹੇ ਤੇ ਪਤੀਲੀ ਧਰਤੀ, ਪਿੱਤਲ ਪਤੀਲੇ ਖੂੰਜੇ ਲਾ ਚੁੱਲ੍ਹੇ ਤੇ ਪਤੀਲੀ ਧਰਤੀ, ਤੇਰੀ ਮੂੰਗੀ ਮਸਰੀ ਨੇ ਟੱਬਰ ਦੀ ਸਿਹਤ ਡੌਨ ਜੀ ਕਰਤੀ, ਉਹ ਤੇਰੀ ਮੂੰਗੀ ਮਸਰੀ ਨੇ ਟੱਬਰ ਦੀ ਸਿਹਤ ਡੌਨ ਜੀ ਕਰਤੀ। ਇਹ ਕਨਸੈਪਟ ਕਿਵੇਂ, ਮਤਲਬ ਕਿ ਉਹਨਾਂ ਨੇ ਦੱਸਿਆ ਸੀਗਾ ਕਿ ਮੈਨੂੰ ਏਦਾਂ ਦਾ ਗਾਣਾ ਚਾਹੀਦਾ? ਇਹ ਪਹਿਲਾਂ ਮੇਰੇ ਨਾ ਮਾਸੀ ਜੀ ਸੀਗੇ ਸੁਹਾਣੇ ਬਜ਼ੁਰਗ, ਅੱਛਾ ਜੀ, ਉਹ ਉਹਨਾਂ ਕੋਲ ਕਾਫੀ ਪੁਰਾਣੇ ਗਾਣੇ ਸੀ, ਕੀ ਬਾਕਾ ਹੋ ਗਿਆ, ਪੁਲਿਸ ਚੜ੍ਹਾਈ, ਜੋ ਆਸਾ ਰਾਮ ਜੀ ਆਪਣਾ ਰੱਬੀ ਬੈਰਮਪੁਰੀ, ਸੋਰੀ ਆਸਾ ਰਾਮ ਜੀ ਨੀ, ਰੱਬੀ ਬੈਰਮਪੁਰੀ ਜੀ, ਉਸ ਇਲਾਕੇ ਦੇ ਸੀ, ਉਹਨਾਂ ਦੇ ਅਖਾੜਿਆਂ ਦੇ ਵਿੱਚ ਸੁਣੇ ਸੀ ਇੱਦਾਂ ਦੇ ਪੁਰਾਣੇ ਗਾਣੇ, ਹੈ ਨਾ। ਸਹੀ ਗੱਲ ਹੈ। ਉਹ ਫਿਰ ਉੱਦਾਂ ਦੇ ਉਹ ਗੁਣਗੁਣਾਉਂਦੇ ਰਹਿੰਦੇ ਸੀ, ਉੱਥੋਂ ਫਿਰ ਮੈਨੂੰ ਕਈ ਕਨਸੈਪਟ ਇੱਦਾਂ ਦੇ ਕਈ ਆਏ। ਇਸ ਗਾਣੇ ਦੇ ਨਾਲ ਤਾਂ ਤੁਸੀਂ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਾਤੀਆਂ, ਅਤੇ ਇਸ ਦੇ ਨਾਲ ਮੈਂ ਆਪਣੇ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਉਹ ਵੀ ਤੁਹਾਨੂੰ ਟਾਈਮ ਯਾਦ ਕਰਵਾ ਦਿੰਦੇ, ਜਿਹੜਾ ਜਿਵੇਂ tawa.com ਤੁਸੀਂ ਜਦੋਂ ਲਿਖਿਆ ਹੈ ਨਾ। ਹਾਂਜੀ ਹਾਂਜੀ। ਅਤੇ ਹੱਸਦੇ ਸੰਦੇ ਰੋ, ਇਹ ਸਾਰੇ ਕਾਟੋ ਫੁੱਲਾਂ ਤੇ ਰੰਗ ਸਮੁੰਦਰੋਂ ਪਾਰ ਦੇ, ਜੱਗੀ 420 ਅਤੇ ਜੁਗਨੂ ਦੇ ਵਿੱਚ ਵੀ ਮੈਂ ਹਾਜ਼ਰੀ ਲਗਾਉਂਦਾ ਰਿਹਾ ਨਾ ਜੀ, ਕਾਫੀ ਜੁਗਨੂ ਅਲਫਾ 'ਤੇ ਵੀ ਤੁਸੀਂ, ਉੱਦਾਂ ਵੀ ਕਾਫੀ ਫੇਮਸ ਸੀ ਭਗਵੰਤ ਮਾਨ ਜੀ ਦਾ, ਹਾਂਜੀ ਸੀਰੀਅਲ, ਹੈ ਨਾ। ਕਾਟੋ ਫੁੱਲਾਂ ਅਤੇ ਜੱਗੀ ਭਾਅ ਜੀ ਦਾ ਸੀ, ਜਿਹਦੇ 'ਚ ਮੇਨ ਕਿਰਦਾਰ ਜੱਗੀ ਭਾਅ ਜੀ ਕਰਦੇ ਹੁੰਦੇ, ਜਗਤਾਰ ਜੱਗੀ, ਅਤੇ ਕਾਟੋ ਫੁੱਲਾਂ ਅਤੇ ਰੰਗ ਸਮੁੰਦਰੋਂ ਪਾਰ ਦੇ, ਜੱਗੀ 420 ਜਲਵੇ ਜੱਗੀ ਦੇ, ਅਤੇ ਬੈਚਲਰ ਹਾਊਸ ਵਿਚੋਲੇ, ਕਾਫੀ ਸੀਰੀਅਲ ਜਣੀ ਸਾਰੇ, ਕਾਫੀ ਸਾਲ ਲੱਗਿਆ ਰਿਹਾ। ਹਾਂਜੀ, ਕਾਫੀ ਸਾਲ ਦੀ ਮਿਹਨਤ। ਤੇ ਜੇ ਆਪਾਂ ਹੁਣ ਗੱਲ ਕਰੀਏ ਪੂਰੇ ਪਟਵਾਰੀ ਜੀ, ਅਖੀਰ ਪਟਵਾਰੀ ਜੀ ਨਾਲ ਸਮਾਨ ਪਿਆ, ਇਸ ਮਿਹਨਤ ਦਾ ਮੁੱਲ ਕਦੋਂ ਪੈਣਾ ਸ਼ੁਰੂ ਹੋਇਆ ਜੀ? ਇਸ ਮਿਹਨਤ ਦਾ ਮੁੱਲ ਤਾਂ ਪੈਣਾ ਤਾਂ ਮੇਰੇ ਖਿਆਲ ਉਦੋਂ ਹੀ ਸ਼ੁਰੂ ਹੋ ਗਿਆ ਸੀ, ਕਿਉਂਕਿ ਜੇ ਕਿਤੇ ਜਦੋਂ ਤੁਹਾਨੂੰ ਇੱਕ ਲੈਵਲ ਹੁੰਦਾ ਨਾ, ਕਿ ਜਦੋਂ ਖੈਰ ਹਰ ਇੱਕ ਇਨਸਾਨ ਦੀ ਸੋਚ ਹੁੰਦੀ ਹੈ ਆਰਟਿਸਟ ਦਾ, ਕਿ ਮੈਂ ਇਸ ਜਗ੍ਹਾ ਪਰ ਜਾ ਕੇ ਮੇਰਾ ਮੁਕਾਮ ਦਾ ਮਤਲਬ ਕਿ ਸੈਟੀਸਫੈਕਸ਼ਨ ਹੋ ਗਈ ਦਿਲ ਦੀ, ਹੈ ਨਾ। ਉਹ ਤਾਂ ਚਲੋ ਜ਼ਰੂਰਤ, ਅੱਜ ਕੱਲ੍ਹ ਤਾਂ ਸੈਟੀਸਫੈਕਸ਼ਨ ਮੇਰੇ ਹਿਸਾਬ 'ਚ ਜੇ ਜ਼ਰੂਰਤਾਂ ਜਾਂ ਤੁਹਾਡੀਆਂ ਠੀਕ ਨੇ, ਮਾਹੌਲ ਜਾਂ ਠੀਕ ਹੈ, ਉਦੋਂ ਜੇ ਕਰ ਲਓ, ਨਹੀਂ ਇਹ ਜ਼ਿਆਦਾ ਭਟਕਿਆ ਹੋਇਆ ਮਨ ਫਿਰ ਦੂਰ ਭਟਕ ਕੇ ਘਾ ਕੇ ਲੈ ਜਾਂਦਾ ਨਾ। ਸੋ ਜ਼ਰੂਰਤਾਂ ਦਾ ਜੇਕਰ ਸੈਟੀਸਫੈਕਸ਼ਨ ਦੀ ਗੱਲ ਤਾਂ ਇਹ ਹੈ ਵੀ ਜਦੋਂ
ਮੈਂ ਇਹ ਕੰਮ ਕਰਦਾ ਸੀ ਉਦੋਂ ਮੈਨੂੰ ਖਰਚੇ ਜੇ ਮਿਲਣ ਲੱਗ ਗਏ ਸੀ ਜਿੰਨਾ ਕੁ ਫੈਕਟਰੀ ਦੇ ਵਿੱਚ ਲੱਗ ਕੇ ਮਹੀਨਾ ਮਹੀਨਾ ਕੰਮ ਕਰਕੇ ਜਾਂ ਹੋਰ ਕੰਮਾਂ ਦੇ ਵਿੱਚ ਨੌਜਵਾਨ ਵਿਚਾਰੇ ਉਦੋਂ ਕਮਾਉਂਦੇ ਹੁੰਦੇ ਸੀ ਮੈਨੂੰ ਹਫ਼ਤਾ ਕੁ ਕੰਮ ਕਰਕੇ ਉਨਾ ਕੁ ਖਰਚਾ ਮਿਲ ਜਾਂਦਾ ਸੀ ਹੈ ਨਾ ਅੱਛਾ ਜੀ ਜੇ ਮੈਂ ਉਸ ਪਾਸੇ ਨਿਕਲ ਜਾਂਦਾ ਫਿਰ ਸਮਝੋ ਨਿਕਲ ਗਿਆ ਸੀ ਲਾਈਨ 'ਚੋਂ ਹੀ ਨਿਕਲ ਗਿਆ ਸੀ ਫਿਰ ਮੈਂ ਉਹ ਏ ਸੀ ਮਕੈਨਿਕ ਦਾ ਡਿਪਲੋਮਾ ਕੀਤਾ ਹੋਇਆ ਫਿਰ ਕਿਸੇ ਦੇ ਫਰਿੱਜ ਫਰੁੱਜ ਦੁਪਹਿਰ 'ਚ ਸਵਾਰਦਾ ਹੁੰਦਾ ਅਤੇ ਫੈਮਿਲੀ ਵੱਲੋਂ ਸਪੋਰਟ ਹੁੰਦੀ ਸੀਗੀ ਇਸ ਲਾਈਨ ਦੇ ਵਿੱਚ ਹਾਂਜੀ ਹਾਂਜੀ ਮਾਤਾ ਜੀ ਵੱਲੋਂ ਬਹੁਤ ਸਪੋਰਟ ਸੀ ਉਹਨਾਂ ਨੂੰ ਜਦਕਿ ਬਜ਼ੁਰਗ ਮੇਰੇ ਵਿਚਾਰੇ ਪੜ੍ਹੇ ਲਿਖੇ ਨਹੀਂ ਸੀ ਮੇਰੇ ਮਾਂ ਬਾਪ ਹਾਂਜੀ ਫਾਦਰ ਸਾਹਿਬ ਵੀ ਮੇਰੇ ਪਰ ਉਹਨਾਂ ਨੂੰ ਵਧੀਆ ਲੱਗਦਾ ਸੀ ਕਿ ਕਿਤੇ ਨਾ ਕਿਤੇ ਜਾਂਦਾ ਚਾਹੇ ਕਿਤੇ ਵੀ ਜਾਂਦਾ ਸ਼ਾਇਦ ਕੋਈ ਜੋਬ ਲੱਭਣ ਵਾਸਤੇ ਜਾਂਦਾ ਜੋ ਵੀ ਬਟ ਉਹਨਾਂ ਨੂੰ ਅੱਛਾ ਲੱਗਦਾ ਸੀ ਜਦੋਂ ਉਦੋਂ ਅਖਬਾਰ ਵਗੈਰਾ 'ਚ ਹੀ ਜ਼ਿਆਦਾ ਖਬਰਾਂ ਆਉਂਦੀਆਂ ਹੁੰਦੀਆਂ ਸੀ ਟੀ ਵੀ 'ਤੇ ਮੌਕੇ ਘੱਟ ਮਿਲਦੇ ਸੀ ਹੈ ਨਾ ਕੋਈ ਦੱਸਦਾ ਸੀ ਆਂਢੀ ਗੁਆਂਢੀ ਜਾਂ ਪਿੰਡ 'ਚੋਂ ਆ ਕੇ ਕਿ ਅੱਜ ਤੁਹਾਡੇ ਮੁੰਡੇ ਦਾ ਨਾਂ ਆਇਆ ਅਖਬਾਰ ਦੇ ਵਿੱਚ ਉਹ ਸੱਭਿਆਚਾਰਕ ਮੇਲਿਆਂ ਦੇ ਵਿੱਚ ਵੱਡੇ ਕਲਾਕਾਰਾਂ ਦੇ ਨਾਵਾਂ ਦੇ ਨਾਲ ਕਿਤੇ ਨਾਂ ਆ ਜਾਂਦਾ ਸੀ ਹੈ ਨਾ ਅਤੇ ਉਹ ਖੁਸ਼ ਹੁੰਦੇ ਸੀ ਵੀ ਕੁਛ ਨਾ ਕੁਛ ਕਰ ਰਿਹਾ ਵਿਹਲਾ ਨਹੀਂ ਹੈਗਾ ਹਾਂਜੀ ਬਹੁਤ ਵਧੀਆ ਜੀ ਅਤੇ ਉਸ ਤੋਂ ਬਾਅਦ ਹੁਣ ਆਪਾਂ ਅੱਜ ਕੱਲ੍ਹ ਦੀਆਂ ਜਿਹੜੀਆਂ ਫਿਲਮਾਂ ਜਿੰਨੀਆਂ ਤੁਸੀਂ ਕਰ ਰਹੇ ਹੋ ਹੈ ਨਾ ਹਾਂਜੀ ਕਿਉਂਕਿ ਅਤੇ ਮੁੰਡਾ ਫਰੀਦਕੋਟੀਆ ਰਿਲੀਜ਼ ਹੋਈ ਉਹਨੂੰ ਹੈ ਨਾ ਅਤੇ ਹੁਣ ਛੜਾ ਰਿਲੀਜ਼ ਹੋਈ ਹੈ ਰੱਬ ਦਾ ਰੇਡੀਓ 2 ਇੰਨੀਆਂ ਫਿਲਮਾਂ ਕੀਤੀਆਂ ਉਹਨਾਂ ਦੇ ਵਿੱਚ ਕਿੱਦਾਂ ਰਿਹਾ ਅਤੇ ਕੀ ਥੋੜ੍ਹਾ ਬਹੁਤਾ ਉਹਨਾਂ ਫਿਲਮਾਂ ਬਾਰੇ ਆਪਾਂ ਸਾਰੀਆਂ ਫਿਲਮਾਂ ਦੇ ਵਿੱਚ ਮੈਂ ਕੋਸ਼ਿਸ਼ ਕਰੀ ਹੈ ਅਲੱਗ ਅਲੱਗ ਕਿਰਦਾਰ ਕਰਨ ਦੀ ਜਿਵੇਂ ਮੁੰਡਾ ਫਰੀਦਕੋਟੀਆ ਦੇ ਵਿੱਚ ਮੇਰਾ SHO ਦਾ ਕਰੈਕਟਰ ਹੈ ਉਹ ਹਰ ਗੱਲ 'ਤੇ ਗੱਲ ਸ਼ੁਰੂ ਕਰ ਦਿੰਦਾ ਵੀ ਜਦੋਂ ਮੇਰੀ ਫਲਾਣੀ ਜਗ੍ਹਾ ਡਿਊਟੀ ਹੁੰਦੀ ਸੀ ਨਾ ਉਹਦੀ ਟੋਨ ਵੀ ਹੋਰ ਹੈ ਸਾਡੇ ਰੋਪੜ ਤੋਂ ਬੱਸਾਂ ਨਹੀਂ ਚੜ੍ਹਾਉਂਦੇ ਹੁੰਦੇ ਜਿਹੜੇ ਹਾਕਰ ਹੁੰਦੇ ਆ ਹਾਂਜੀ ਉਹ ਜਿਵੇਂ ਆਵਾਜ਼ ਦਿੰਦੇ ਹੁੰਦੇ ਉਹ ਥਾਣੇਦਾਰ ਦੀ ਆਵਾਜ਼ ਹੀ ਉੱਦਾਂ ਦੀ ਹੈ ਕਿਸੇ ਦਾ ਜਵਾਕ ਚੋਰੀ ਹੋ ਜਾਂਦਾ ਹੈ ਨਾ ਮੁੰਡਾ ਘਰੋਂ ਭੱਜ ਜਾਂਦਾ ਹੈ ਨਾ ਉੱਥੇ ਆਉਂਦੀਆਂ ਬੁੜੀਆਂ ਉਹਨਾਂ ਨੂੰ ਵੀ ਕਹਿ ਦਿੰਦਾ ਕਿਦਾਂ ਪਤਾ ਕੀ ਗੱਲ ਹੈ ਜਦੋਂ ਮੈਂ ਧਨੌਲੇ ਥਾਣੇ 'ਚ ਹੁੰਦਾ ਸੀ ਨਾ ਇੱਕ ਮੁੰਡਾ ਅਤੇ ਇੱਕ ਕੁੜੀ ਉਦੋਂ ਵੀ ਭੱਜ ਗਏ ਸੀ ਉਹ ਕਹਿੰਦੀ ਫਿਰ ਕਹਿੰਦਾ ਮੁੰਡਾ ਤਾਂ ਕੁੜੀ ਤਾਂ ਮੁੜਿਆ ਹੀ ਕਹਿੰਦੀ ਮੁੰਡਾ ਦੱਸ ਕਿੱਥੇ ਆ ਮੁੰਡੇ ਦਾ ਥੱਪੜ ਮਾਰਦਾ ਉਸ ਤਰ੍ਹਾਂ ਦਾ ਕਿਰਦਾਰ ਸੀਗਾ ਅਲੱਗ ਅਲੱਗ ਉਹ ਕਹਿੰਦੀ ਫੂਕੇ ਤੇਰੇ ਧਨੌਲੇ ਬਰਨਾਲੇ ਨੂੰ ਤੇਰੀ ਡਿਊਟੀ ਜਿੱਥੇ ਮਰਜ਼ੀ ਰਹੀ ਹੋਵੇ ਤੂੰ ਸਾਡਾ ਮੁੰਡਾ ਲੱਭ ਕੇ ਦੇ ਕੋਈ ਚੱਕਰ ਵਾਲੀ ਗੱਲ ਨਹੀਂ ਹੁਣ ਤਾਂ ਰਾਤ ਹੋ ਗਈ ਹੁਣ ਥੋੜ੍ਹੀ ਮੁੰਡਾ ਲੱਭਣਾ ਕੱਲ੍ਹ ਨੂੰ 9 ਵਜੇ ਫਿਰ ਆਇਓ ਉਵੇਂ ਚਲਾ ਰਹੇ ਸਾਰੀਆਂ ਫਿਲਮਾਂ 'ਚ ਜਾਣੀ ਕੋਸ਼ਿਸ਼ ਕੀਤੀ ਅਲੱਗ ਅਲੱਗ ਕਿਰਦਾਰ ਕਰਨ ਹਾਂਜੀ ਕਿਆ ਬਾਤ ਹੈ ਤੁਹਾਡੀ ਸਾਰੀ ਫਿਲਮਾਂ ਨੂੰ ਹੁਣ ਬਲੈਕ ਗਿਆ ਅਫਸਰ ਦੇ ਵਿੱਚ ਵੀ ਸਾਰੀ ਫਿਲਮਾਂ ਦੇ ਵਿੱਚ ਕਰੈਕਟਰ ਸਾਰੇ ਮਤਲਬ ਕਿ ਇੰਜੋਏ ਕਰਦੇ ਨੇ ਤੁਹਾਡੇ ਅਫਸਰ ਦੇ ਵਿੱਚ ਮੇਰਾ ਪਟਵਾਰੀ ਦਾ ਕਰੈਕਟਰ ਸੀ ਹੈ ਨਾ ਕਹਾਵਤ ਤੂੰ ਕਹਦਾ ਪਟਵਾਰੀ ਬੇ ਮੁੰਡਾ ਮੇਰਾ ਰੋਵੇ ਅੰਬ ਨੂੰ ਪਰ ਉਹਦੇ 'ਚ ਮੈਂ ਪਟਵਾਰੀ ਦਾ ਕਿਰਦਾਰ ਕਰਿਆ ਅਤੇ ਲੋਕਾਂ ਨੇ ਬਹੁਤ ਪਿਆਰ ਵਗਿਆ ਲਾਲਚੀ ਪਟਵਾਰੀ ਹੈ ਜਿਹਨੂੰ ਤਨਖਾਹ ਵੀ ਮਿਲਦੀ ਹੈ 20-25 ਹਜ਼ਾਰ ਰੁਪਇਆ ਦੇ ਕੇ ਹੋਰ ਬੰਦਾ ਸ਼ਿਮਲੇ ਭੇਜ ਦਿੰਦਾ ਵੀ ਤੂੰ ਤਨਖਾਹ ਦਾ ਫਿਕਰ ਨਾ ਕਰੀ ਤੂੰ ਜਾ ਕੇ ਪੈਗ ਛੈਗ ਲਾ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਥੋੜ੍ਹਾ ਜਿਹੜਾ ਹੁਣ ਪਿੱਛੇ ਜਿਹਾ ਗਾਣਾ ਰਿਲੀਜ਼ ਹੋਇਆ ਕੋਕਾ ਹੈ ਨਾ ਉਹਦੇ ਬਾਰੇ ਥੋੜ੍ਹੀ ਗੱਲ ਕਰਦੇ ਹਾਂ ਉਸ ਗਾਣੇ ਦੀ ਟੀਮ ਬਾਰੇ ਥੋੜ੍ਹਾ ਜਿਹਾ ਪਹਿਲਾਂ ਦੱਸ ਦਿਓ ਕੋਕਾ ਮੇਰੇ ਮਿੱਤਰ ਨੇ ਹੀ ਕੀਤਾ ਜੀ ਉਹ ਮਿਊਜ਼ਿਕ ਵੀ ਮੇਰੇ ਦੋਸਤ ਨੇ ਕੀਤਾ ਜੀ ਉਹਦਾ RD ਬੀਟ ਨੇ ਅੱਛਾ ਜੀ ਅਤੇ ਉਹ ਲਿਖਿਆ ਸੀ ਗੱਬਰ ਬਾਈ ਪ੍ਰੋਡਕਸ਼ਨ ਵਾਲੇ ਨੇ ਗੌਰਵ ਸੰਗਰੂਰ ਤੋਂ ਮੇਰੇ ਪੁਰਾਣੇ ਮਿੱਤਰ ਹੈ ਗੱਬਰ ਹਾਂਜੀ ਅਤੇ ਉਹਨੇ ਲਿਖਿਆ ਸੀ ਅਤੇ ਆਪਣਾ ਵੀਡੀਓ ਬਣਾਈ ਹੈ ਜੰਗਵੀਰ ਮੇਰਾ ਦੋਸਤ ਹੈ ਬ੍ਰੈਟਿਸ ਸਟੂਡੀਓ ਉਹਨਾਂ ਨੇ ਅੱਛਾ ਅਤੇ ਉਹ ਹੈਗੀ ਹੈ ਪਤੀ ਪਤਨੀ ਦੀ ਨੋਕ ਝੋਕ ਹੈ ਉਹ ਅਮਲੀ ਜਿਹਾ ਬੰਦਾ ਉਹਦੇ ਪੱਲੇ ਪਿਆ ਅਤੇ ਪੈਸੇ ਕਿਸੇ ਹੋਰ ਕੰਮ ਵਾਸਤੇ ਲੈ ਕੇ ਜਾਂਦਾ ਉਹ ਸ਼ਹਿਰ ਨੂੰ ਅਤੇ ਲੈ ਕੁਛ ਹੋਰ ਅਤੇ ਘਰ ਆ ਕੇ ਫਿਰ ਬਹਾਨਾ ਲਾਉਂਦਾ ਉਹ ਤੇਰੇ ਲਈ ਕੋਕਾ ਤੇਰੇ ਲਈ ਕੋਕਾ ਲੈਣ ਗਿਆ ਨਹੀਂ ਮੇਰੇ ਪੈਸੇ ਗਿਰ ਗਏ ਟੇਸ਼ਨ 'ਤੇ ਕਹਿੰਦੀ ਸੁੱਖੇ ਦੀਆਂ ਟਿੱਕੀਆਂ ਨਾ ਖਾਂਦਾ ਖਾ ਲੈਂਦਾ ਪਕੌੜੇ ਵੇਸਣ ਦੇ ਸੋਨੇ ਚਿਮੜਾ ਤੂੰ ਸਾਰੀ ਨੂੰ ਅਜੇ ਹੱਥ ਤੰਗੀ ਵਿੱਚ ਚੱਲਦਾ ਏ ਵਿੱਚ ਬਦੀਲਾ ਦਾਰੂ ਪੀ ਗਿਆ ਤੂੰ ਨਾ ਲੱਭਿਆ ਡੋਲੂ ਕੱਲਦਾ ਏ ਇਹ ਆਪਸੀ ਨੋਕ ਝੋਕ ਇੱਕ ਇੱਕ ਲੈਣ ਦੋ ਤੁਸੀਂ ਗਾਣੇ ਦੇ ਵਿੱਚ ਵੀ ਕੋਮੇਡੀ ਐਕਸਪੀਰੀਅੰਸ ਹੋਇਆ ਹੋਵੇ ਜਿਹੜਾ ਤੁਹਾਡੇ ਨਾਲ ਮਤਲਬ ਕਿ ਘਟਨਾ ਹੋਵੇ ਜਾਂ ਮਤਲਬ ਕਿ ਗੁੱਡ ਐਕਸਪੀਰੀਅੰਸ ਹੋਵੇ ਜਾਂ ਵਰਸਟ ਹੋ ਜੇ ਕਿ ਜਿਹਨੂੰ ਤੁਸੀਂ ਭੁੱਲ ਹੀ ਨਹੀਂ ਸਕਦੇ ਹੋ ਨਹੀਂ ਘਟਨਾਵਾਂ ਤਾਂ ਜ਼ਿੰਦਗੀ ਹੈ ਵੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਜ਼ਿੰਦਗੀ ਦਾ ਨਾ ਹੀ ਹਾਦਸਿਆਂ ਨਾਲ ਭਰਪੂਰ ਹੁੰਦੀ ਹੈ ਜ਼ਿੰਦਗੀ ਜੀ ਬਿਲਕੁਲ ਪਤਾ ਹੀ ਹੈ ਨਾ ਕੋਈ ਨਾ ਕੋਈ ਚੱਲਦਾ ਰਹਿੰਦਾ ਸਾਰਾ ਕੁਛ ਹਾਂ ਅਤੇ ਬਾਕੀ ਜੋ ਚੰਗੀ ਤਰ੍ਹਾਂ ਕੁਛ ਹੋਰ ਤਾਂ ਨਹੀਂ ਐਡੀ ਗੱਲ ਮੇਰੀ ਯਾਦ ਜੋ ਪਿਛਲੇ ਦਿਨਾਂ 'ਚ ਪਿਛਲੇ 2-3 ਸਾਲਾਂ 'ਚ ਮੈਂ ਤਜਰਬਾ ਦੇਖਿਆ ਇੱਕ ਜਿਹੜੇ ਅਸੀਂ ਥੋੜ੍ਹਾ ਜੂਨੀਅਰ ਕਲਾਕਾਰ ਹਾਂ ਅਸੀਂ ਬੈਠੇ ਹੁੰਦੇ ਹਾਂ ਸ਼ੂਟਿੰਗ ਤੋਂ ਜਾ ਕੇ ਸਾਨੂੰ ਜਲਦੀ ਟਾਈਮ ਹੁੰਦਾ ਸਾਡਾ ਕਾਲ ਟਾਈਮ 5-6 ਵਜੇ ਦਾ ਅਸੀਂ ਜਾ ਕੇ ਬਹਿ ਜਾਂਦੇ ਹਾਂ ਕਿਉਂਕਿ ਉਹਨਾਂ ਦੀਆਂ ਗੱਡੀਆਂ 'ਚ ਜਾਣਾ ਹੁੰਦਾ ਨਾ ਪ੍ਰੋਡਕਸ਼ਨ ਦੇ ਥਰੂ ਜਾਣਾ ਹੁੰਦਾ ਜੀ ਅਸੀਂ ਜਾ ਕੇ ਅੰਦਰ ਬੈਠੇ ਰਹਿ ਜਾਂਦੇ ਹਾਂ ਬਾਅਦ 'ਚ ਸਾਨੂੰ ਪਤਾ ਲੱਗਦਾ ਕਿ ਸੀਨੀਅਰ ਭਾਅ ਜੀ ਆਏ ਸੀ ਉਹ ਕਹਿੰਦੇ ਜੀ ਮੇਰੇ ਕੋਲ ਅੱਗੇ ਟਾਈਮ ਹੈ ਨਹੀਂ ਅਤੇ ਇਹਨਾਂ ਦਿਨਾਂ 'ਚ ਮੇਰਾ ਕੰਮ ਕਰਵਾ ਲਓ ਅਤੇ ਅਸੀਂ ਸ਼ਾਮ ਨੂੰ ਕਈ ਵਾਰੀ 7 ਵਜੇ ਤੱਕ ਵਿਹਲੇ ਬੈਠ ਕੇ ਤੁਰੇ ਆਉਂਦੇ ਹਾਂ ਮੁੜ ਕੇ ਭਾਅ ਜੀ ਉਹਨਾਂ ਦਾ ਕੰਮ ਚੱਲਦਾ ਹੁੰਦਾ ਜੀ ਹੈ ਨਾ
ਕਈ ਵਾਰ ਇਹ ਜ਼ਰੂਰ ਹੋਇਆ, ਇਹ ਵੀ ਇੱਕ ਸੋਚਣ ਵਾਲੀ ਗੱਲ ਹੈ ਕਿ ਜਦੋਂ ਅਸੀਂ ਵੀ ਟਾਈਮ ਕੱਢ ਕੇ ਗਏ ਹਾਂ ਆਪਣਾ ਕੰਮ ਕਰਨ ਵਾਸਤੇ, ਸਾਡੇ ਤੋਂ ਵੀ ਕੰਮ ਕਰਵਾਓ, ਸਾਨੂੰ ਵੀ ਸਹੀ ਟਾਈਮ ਦਿਓ। ਬਿਲਕੁਲ, ਆਰਟਿਸਟ ਦੀ ਹਰ ਇੱਕ ਦੀ ਵੈਲਿਊ ਕਰਨੀ ਚਾਹੀਦੀ, ਮਤਲਬ ਕਿ ਹਰ ਇੱਕ ਆਰਟਿਸਟ ਦੀ ਵੈਲਿਊ ਹੋਣੀ ਚਾਹੀਦੀ ਹੈ। ਜੇ ਕਿਸੇ ਵੱਡੇ ਕਲਾਕਾਰ ਕੋਲ ਨਹੀਂ ਟਾਈਮ ਹੈਗਾ ਤਾਂ ਉਹ ਆਪਣਾ ਕੰਮ ਕਰਕੇ ਜਾ ਰਿਹਾ ਅਤੇ ਅਸੀਂ ਉਸੇ ਤਰ੍ਹਾਂ ਤਿੰਨ ਤਿੰਨ ਚਾਰ ਚਾਰ ਵਾਰੀ ਵੀ ਮੁੜਿਆ ਮੈਂ ਸ਼ੂਟਿੰਗ ਤੋਂ, ਇਹ ਜਿੱਥੋਂ ਜਿੱਥੋਂ ਮੁੜਿਆ ਉਹ ਮਿੱਤਰਾਂ ਨੂੰ ਯਾਦ ਵੀ ਹੋਣਾ। ਹਾਂਜੀ, ਚਲੋ ਹਰ ਇੱਕ ਨਾਲ ਚੱਲਦਾ ਰਹਿੰਦਾ ਭਾਅ ਜੀ। ਅਤੇ ਹੁਣ ਆਪਾਂ ਗੱਲਾਂ ਕਰਦੇ ਹਾਂ ਜੀ, ਕਿਉਂਕਿ ਪ੍ਰੋਗਰਾਮ ਦੇ ਐਂਡਿੰਗ ਦੇ ਆਪਾਂ ਨੇੜੇ ਆ ਗਏ, ਅਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਤੁਹਾਡੇ ਆਉਣ ਵਾਲੇ ਪ੍ਰੋਜੈਕਟਸ ਬਾਰੇ। ਇੱਕ ਤਾਂ ਟ੍ਰੇਲਰ ਸਾਰਿਆਂ ਨੇ ਦੇਖ ਹੀ ਲਿਆ, ਮੁੰਡਾ ਹੀ ਚਾਹੀਦਾ। ਮੁੰਡਾ ਹੀ ਚਾਹੀਦਾ ਬੜੇ ਵਧੀਆ ਕੰਸੈਪਟ 'ਤੇ ਫਿਲਮ ਹੈ ਜੀ, ਬਣਾਇਆ ਹੈ ਨੀਰੂ ਬਾਜਵਾ ਪ੍ਰੋਡਕਸ਼ਨ ਦੀ ਫਿਲਮ ਹੈ। ਅਤੇ ਉਸ ਤੋਂ ਬਾਅਦ ਪੰਕਜ ਬੱਤਰਾ ਜੀ ਨਾਲ ਇੱਕ ਕਰਕੇ ਆਇਆ ਮੈਂ ਸਕੋਟਲੈਂਡ, ਜਿਹਦੇ 'ਚ ਪਰਮੇਸ਼ ਵਰਮਾ ਹੀਰੋ ਹੈ ਜੀ, ਸੋਨਮ ਬਾਜਵਾ ਜੀ ਨੇ। ਅਤੇ ਇੱਕ ਫਿਲਮ ਮੈਂ ਕਰੀ ਹੈਗੀ ਹੈ ਜੀ 1921, ਉਹਦੇ 'ਚ ਕਾਫੀ ਸਾਰੇ ਕਲਾਕਾਰ ਹੈ, ਕਰਮਜੀਤ ਅਨਮੋਲ ਜੀ ਅਤੇ ਜਗਦੀਪ ਜੱਗਾ ਜੀ, ਉਹ ਜਿਹੜਾ ਮੁੰਡਾ ਕਾਫੀ ਫਿਲਮਾਂ ਦੇ ਵਿੱਚ ਕਾਫੀ ਫੇਮਸ ਹੈ, ਵਧੀਆ, ਲੱਕੀ ਧਾਲੀਵਾਲ ਅਤੇ ਹੋਰ ਬਹੁਤ ਸਾਰੇ ਕਲਾਕਾਰ ਨੇ। ਇਸ ਤੋਂ ਇਲਾਵਾ ਇੱਕ ਜੋਰਡਨ ਸੰਧੂ ਅਤੇ ਬੀ ਐਨ ਸ਼ਰਮਾ ਜੀ ਦੀ ਫਿਲਮ ਹੈਗੀ ਹੈ, ਸ਼ਿਵਤਾਰ ਬਾਈ ਜੀ ਉਹਨਾਂ ਨੇ ਡਾਇਰੈਕਟ ਕੀਤੀ ਹੈ, ਖਤਰੇ ਦਾ ਘੁੱਗੂ ਜੀ, ਉਹਦੇ 'ਚ ਕੰਮ ਕੀਤਾ। ਅਤੇ ਸਭ ਤੋਂ ਵਧੀਆ ਕਿਰਦਾਰ ਜਿਹੜਾ ਮੈਨੂੰ ਫਿਲਮ ਦੇ ਵਿੱਚ ਲੱਗਿਆ ਉਹ ਹੈਗਾ, ਮੈਨੂੰ ਮੌਕਾ ਦਿੱਤਾ ਬਾਈ ਜੀ ਗਿੱਪੀ ਗਰੇਵਾਲ ਜੀ ਨੇ ਡਾਕਾ ਫਿਲਮ ਦੇ ਵਿੱਚ, ਉਹਦੇ ਵਿੱਚ ਮੇਰਾ ਅੱਛਾ ਕਿਰਦਾਰ ਹੈ ਜੀ ਜੀ। ਉਹ ਅਗਲੇ ਮਹੀਨਿਆਂ ਦੇ ਵਿੱਚ ਇਹ ਸਾਰੀਆਂ ਐਕਟਿੰਗ ਵਾਲੀਆਂ ਹੋ ਗਈਆਂ, ਲਿਖਣ ਵਾਲੀ ਕੋਈ? ਲਿਖਣ ਵਾਲੀ 'ਚ ਖਤਰੇ ਦਾ ਘੁੱਗੂ ਬੀ ਐਨ ਸ਼ਰਮਾ ਜੀ ਨੂੰ ਲੈ ਕੇ ਮੈਂ ਕੰਸੈਪਟ ਸੋਚਿਆ ਸੀ। ਹਾਂਜੀ, ਅਤੇ ਇਹਦੇ 'ਚ ਹੀਰੋ ਜੋਰਡਨ ਸੰਧੂ ਜੀ ਨੂੰ ਲਿਆ ਗਿਆ, ਦਿਲਜੋਤ ਇਹਦੇ 'ਚ ਹੀਰੋਇਨ ਨੇ, ਅਤੇ ਪ੍ਰਕਾਸ਼ ਗਾਧੂ ਅਤੇ ਸਤਵਿੰਦਰ ਮੈਡਮ ਅਤੇ ਬਲਜੀਤ ਬਾਲਾ ਜੀ, ਹੋਰ ਕਾਫੀ ਕਿਰਦਾਰ ਜਿਹਨਾਂ ਦੇ ਵਧੀਆ ਇਹਦੇ ਵਿੱਚ ਕਰੈਕਟਰ ਹੈਗੇ ਜੀ। ਅਤੇ ਭਾਅ ਜੀ ਹੁਣ ਆਪਾਂ ਇੱਕ ਗੱਲ ਕਰਦੇ ਹਾਂ ਕਿ ਅੱਜ ਕੱਲ੍ਹ ਇੱਕ ਦੇਵ ਖਰੋੜ ਭਾਅ ਜੀ ਦਾ ਬਹੁਤ ਸਾਰਾ, ਹੈ ਨਾ, ਇੰਡਸਟਰੀ 'ਚ ਵੱਡਾ ਨਾਂ ਹੈਗਾ ਇਸ ਟਾਈਮ, ਹੈ ਨਾ, ਪੂਰੀ ਯੂਥ ਜਿਹੜੀ ਹੈਗੀ ਆ ਉਹ ਇੱਕ ਤਰ੍ਹਾਂ ਕਹਿੰਦੇ ਨੇ ਕਿ ਕੱਟੜ ਫੈਨ ਫੋਲੋਇੰਗ ਉਹਨਾਂ ਦੀ ਬਣੀ ਹੋਈ ਹੈ, ਬੱਬੂਮਾਨ ਸਾਹਿਬ ਵਾਂਗ, ਹੈ ਨਾ। ਅਤੇ ਉਹਨਾਂ ਨਾਲ ਤੁਸੀਂ ਬਲੈਕੀਆ ਕੀਤੀ ਅਤੇ ਕਾਫੀ ਟਾਈਮ ਤੋਂ ਉਹਨਾਂ ਨਾਲ ਕੰਮ ਕਰਦੇ ਆ ਰਹੇ ਹੋ, ਹੈ ਨਾ, ਅਤੇ ਪੁਰਾਣੇ ਟਾਈਮ ਤੋਂ ਉਹਨਾਂ ਦੇ ਸਟਰਗਲ ਤੋਂ ਵੀ ਅਗਰ ਆਪਾਂ ਕਹਿ ਲਈਏ, ਤੁਸੀਂ ਸ਼ਾਇਦ ਉਦੋਂ ਤੋਂ ਨਾਲ ਜੁੜੇ ਹੋਏ ਅਤੇ ਪੂਰੇ ਸਟਾਰਡਮ 'ਤੇ। ਹਾਂਜੀ ਹਾਂਜੀ, ਬਾਈ ਜੀ ਸ਼ਾਇਦ ਥੋੜ੍ਹੇ ਜਿਹੇ ਸੀਨੀਅਰ ਹੋਣ ਮੈਂ, ਕਿਉਂਕਿ ਉਦੋਂ ਉਹ ਯੁੱਗ ਨੂੰ 'ਚ ਕੰਮ ਕਰਦੇ ਹੁੰਦੇ ਸੀ, ਜਦੋਂ ਮੇਰੇ ਸ਼ੁਰੂਆਤ ਜੇ ਦੌਰ ਦੇ, ਉਦੋਂ ਮੈਨੂੰ ਜਾਣੀ ਇਹ ਨਹੀਂ ਕਹਿ ਰਿਹਾ ਵੀ ਮੈਂ ਉਹਨਾਂ ਤੋਂ ਛੋਟਾ ਹੋਊਂਗਾ, ਉਮਰ 'ਚ ਇੱਕੋ ਜਿਹੇ ਹੋਵਾਂਗੇ, ਪਰ ਉਦੋਂ ਮੈਨੂੰ ਮੌਕਾ ਜਾਂ ਨਹੀਂ ਸੀ ਮਿਲਿਆ, ਹੈ ਨਾ, ਉਹ ਯੁੱਗ ਨੂੰ ਕਰਦੇ ਹੁੰਦੇ ਸੀ ਜਦੋਂ, ਅਤੇ ਉਹ ਮੇਰਾ ਪਿਆਰਾ ਵੀਰ ਹੈ, ਅਤੇ ਉਹਨੇ ਮੈਨੂੰ ਡਾਕੂਆਂ ਦਾ ਮੁੰਡਾ 'ਚ ਵੀ ਆਪ ਮੌਕਾ ਦਿੱਤਾ ਸੀ, ਅਤੇ ਬਲੈਕੀਆ ਦੇ ਵਿੱਚ ਵੀ ਉਹਨਾਂ ਨੇ ਆਪ ਬੁਲਾਇਆ ਕਿ ਮੈਨੂੰ ਇਹ ਬੰਦਾ ਹੀ ਚਾਹੀਦਾ, ਹੈ ਨਾ ਜੀ। ਹਾਂ, ਕਈ ਵਾਰ ਬੰਦਾ ਜੱਚ ਜਾਂਦਾ ਹੁੰਦਾ ਜੀ ਕਿਸੇ ਨੂੰ, ਅਤੇ ਸਾਡੀ ਉੱਦਾਂ ਵੀ ਬਾਬੇ ਦੀ ਕਿਰਪਾ ਰਹੀ, ਆਸ਼ਰ ਦੇ ਵਿੱਚ ਸੀਗੇ ਅਸੀਂ ਇਕੱਠੇ, ਉਹ ਵਧੀਆ ਹਿੱਟ ਫਿਲਮ ਰਹੀ, ਡਾਕੂਆਂ ਦਾ ਮੁੰਡਾ ਅੱਛੀ ਰਹੀ, ਬਲੈਕੀਆ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਜੀ, ਬਲੈਕੀਆ, ਡਾਕੂਆਂ ਦਾ ਮੁੰਡਾ, ਸਾਰੀਆਂ ਫਿਲਮਾਂ ਲੋਕਾਂ ਨੇ, ਹਾਂਜੀ ਹਾਂਜੀ, ਦਰਸ਼ਕਾਂ ਨੇ ਪਸੰਦ। ਇੱਕ ਉਹ ਨਾ ਅਸਲ 'ਚ ਕਲਾਕਾਰ ਨੇ, ਦੇਵ ਖਰੋੜ ਬਾਈ ਉਹਨੀ ਅੰਦਰੋਂ ਕਲਾਕਾਰ ਹੈ ਦਿਲੋਂ, ਉਹ ਕੋਈ ਬਣੇ ਹੋਏ ਕਲਾਕਾਰ ਨਹੀਂ, ਉਹ ਕੁਦਰਤ ਵੱਲੋਂ ਕਲਾਕਾਰ ਨੇ, ਹੈ ਨਾ, ਹਰ ਤਰ੍ਹਾਂ ਦਾ ਨੈਚੁਰਲ ਰੱਖਦੇ ਆ, ਨੈਚੁਰਲ ਐਕਟਰ ਤਾਂ ਹੈਗੀ ਆ, ਬੈਰੀਏਟ ਹਰੇਕ ਤਰ੍ਹਾਂ ਦੀ ਵਰਾਇਟੀ ਹੈਗੀ ਆ ਉਹਨਾਂ ਦੇ ਵਿੱਚ, ਇਮੋਸ਼ਨਲ ਵੀ ਹੈ ਅਤੇ ਧਮੁੱਕਾ ਵਾਲੀ ਤਾਂ ਫੇਮਸ ਹੈਗੀ ਜੀ ਜੀ ਜੀ। ਚਲੋ ਬਹੁਤ ਵਧੀਆ ਲੱਗਿਆ ਭਾਅ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਤੁਹਾਡੇ ਕਾਫੀ ਐਕਸਪੀਰੀਅੰਸਿਸ ਲਾਈਫ ਦੇ ਸ਼ੇਅਰ ਕੀਤੇ ਆਪਾਂ ਇਸ ਇੰਟਰਵਿਊ ਦੇ ਦੌਰਾਨ, ਅਤੇ ਹਾਲੇ ਕਾਫੀ ਗੱਲਾਂ ਰਹਿ ਵੀ ਗਈਆਂ, ਬਿਲਕੁਲ, ਆਪਾਂ ਮਾੜੀ ਮੋਟੀਆਂ ਬਸ ਛੋਟੀ ਛੋਟੀ ਗੱਲਾਂ ਛੇੜੀਆਂ, ਟੋਪਿਕ ਛੇੜੇ, ਆਪਾਂ ਅਗਲੀ ਵਾਰ ਉਹ ਮਿਲਾਂਗੇ ਅਤੇ ਉਹਨਾਂ ਟੋਪਿਕਸ ਨੂੰ ਆਪਾਂ ਹੁਣ ਪੂਰਾ ਐਕਸਪਲੇਨੇਸ਼ਨ ਦੇ ਨਾਲ ਗੱਲਾਂ ਕਰਾਂਗੇ, ਬਿਲਕੁਲ ਬਿਲਕੁਲ, ਸਾਰੇ ਵੱਡੇ ਵੱਡੇ ਖੁਲਾਸੇ ਕਰਾਂਗੇ ਹੋਰ। ਸੋ ਬਹੁਤ ਵਧੀਆ ਲੱਗਿਆ ਜੀ, ਥੈਂਕ ਯੂ ਤੁਸੀਂ ਸਾਡੇ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਅਤੇ ਆਪਣਾ ਕੀਮਤੀ ਟਾਈਮ ਸਾਨੂੰ ਦਿੱਤਾ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਸਤਵੀਰ ਸੱਤੀ ਬਾਈ ਜੀ ਦਾ, ਅਤੇ ਪਿਆਰ ਦੇ ਸਤਰੰਗ ਵਿਖੇਰਦੇ ਚੈਨਲ ਸਤਰੰਗ ਨੂੰ ਪਿਆਰ ਕਰਨ ਵਾਲੇ ਸਰੋਤਿਓ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਸੋ ਥੈਂਕ ਯੂ, ਇਸੇ ਤਰ੍ਹਾਂ ਸਤਰੰਗ ਸੈਲੀਬ੍ਰਿਟੀ ਦੀ ਵੀ ਤੁਹਾਨੂੰ ਨਵੀਂ ਨਵੀਂ ਸੈਲੀਬ੍ਰਿਟੀਜ਼ ਦੇ ਰੂਬਰੂ ਕਰਵਾਉਂਦੇ ਰਹਾਂਗੇ ਜੀ, ਮਿਲਾਂਗੇ ਅਗਲੇ ਐਪੀਸੋਡ ਦੇ ਵਿੱਚ, ਤਦ ਤੱਕ ਦਿਓ ਸਾਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਮੰਡ, ਅਤੇ ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਸਾਡੀ ਇੰਟਰਵਿਊ ਬਹੁਤ ਅੱਛੀ ਲੱਗੇ ਹੋਏਗੀ, ਅਤੇ ਇੱਕੋ ਇੱਕ ਹੈ ਹੁਣ ਆਖਦੀ ਦਿਲ ਦੇ ਵਿੱਚੋਂ ਮੰਗ ਕਿ ਸਾਰੇ ਹੀ ਸਬਸਕ੍ਰਾਈਬ ਕਰੋ ਚੈਨਲ ਸਤਰੰਗ, ਜਿਨ੍ਹਾਂ ਜਿਨ੍ਹਾਂ ਨੇ ਨਹੀਂ ਕੀਤਾ ਯੂਟਿਊਬ ਚੈਨਲ ਸਤਰੰਗ ਨੂੰ ਸਬਸਕ੍ਰਾਈਬ ਕਰੋ ਅਤੇ ਪਿਆਰ ਦਿਓ, ਥੈਂਕ ਯੂ।